ਆਪਾਂ ਫਿਲਹਾਲ ਉਹ ਕੰਮ ਕਰਨ ਡਿਆ ਜਿਹੜਾ ਬੰਦਾ ਪਹਿਲੇ ਦਿਨ ਹੀ ਕੈਨੇਡਾ ਚ ਆ ਕੇ ਨਾ ਬੰਦਾ ਸੋਚਦਾ ਕੀ ਕਰਾਂ, ਮਤਲਬ ਬਿਨਾ ਪਾਸਪੋਰਟ ਤੋਂ ਅੱਜ ਆਪਾਂ ਨੂੰ ਸਿਮ ਮਿਲ ਗਈ ਹੈ। ਪਹਿਲੇ ਐਵੇਂ ਨਹੀਂ ਕਿਹਦੀ ਗੱਡੀ ਟੱਚ ਨਹੀਂ ਕਰਨੀ, ਟੱਚ ਵੀ ਨਹੀਂ ਕਰਨੀ, ਕਿਹਦੀ ਗੱਡੀ ਦੀ ਵੀਡੀਓ ਨਹੀਂ ਸ਼ੂਟ ਕਰਨੀ। ਸਭ ਤੋਂ ਤਕੜੀ ਦੀ ਪਤਾ ਕੀ ਆ, ਜਦੋਂ ਮੈਂ ਆਇਆ ਮੈਨੂੰ ਇਹ ਚੀਜ਼ਾਂ ਕਿਹਨੇ ਦੱਸਿਆ ਨਹੀਂ, ਮੇਰਾ ਫਸਟ ਨੈਟ ਮੁੱਕ ਗਿਆ ਸੀ। ਕਹਿੰਦਾ ਇੱਥੇ ਸਸਤੀ ਸਿਮ ਨਹੀਂ ਲੈ ਸਕਦੇ। ਭਾਲੇ ਸਭ ਤੋਂ ਤਕੜਾ ਇੰਡੀਆ ਦੇ ਵਿੱਚ, ਬਸ ਆਹ ਚੀਜ਼ ਮਿਸਿੰਗ ਹੀ ਇਹਦੇ। ਕੜੀ ਮਿੱਤਰਾਂ ਦੀ ਵੈਰੀਆਂ ਦਾ ਸਾਲ ਆ ਗਿਆ, ਹੱਟ ਪਿੱਛੇ ਹੱਟ ਧਾਲੀ ਆਲ ਆ ਗਿਆ। ਹੈਲੋ ਜੀ, ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਹਰਪਾਲ ਧਾਲੀਵਾਲ, ਤੇ ਪਹਿਲੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਜੀ ਸਾਡੀ ਏਜੈਕਸ ਦੇ ਵਿੱਚ, ਬ੍ਰੈਂਪਟਨ ਦੇ ਲੱਗ ਪੈਂਦਾ ਏਜੈਕਸ, ਤੇ ਉੱਥੇ ਸਾਡੀ ਸ਼ੁਰੂਆਤ ਹੋ ਗਈ ਹੈ। ਸਾਰੇ ਰਾਤ ਮੁੰਡੇ ਮਿਲਣ ਲਾਏ ਤੇ ਅਸੀਂ ਸੁੱਤੇ ਸਵੇਰ ਦੇ 4 ਵਜੇ, ਤੇ ਮੈਂ ਪਹਿਲਾਂ ਹੀ ਨਹੀਂ ਸੁੱਤਾ ਹਾਂ। ਅਰੇ ਵਾਹ, ਚਾਹ ਕੌਫੀ ਹੈ? ਤੇ ਫਿਰ ਚਾਹ, ਚਲੋ ਹੁਣ ਕੌਫੀ ਨੂੰ ਤੁਸੀਂ ਚਾਹ ਬਣਾ ਦਿੱਤਾ ਇੱਥੇ। ਰਾਤ 5 ਮਿੰਟ ਚ ਮੀਂਹ ਪੈ ਜਾਂਦਾ, ਅਗਲੇ 5 ਮਿੰਟਾਂ ਚ ਹਟ ਜਾਂਦਾ ਸੀ, ਫਿਰ ਥੱਲੇ ਜਾਓ ਫਿਰ ਮੀਂਹ ਪੈ ਜਾਂਦਾ ਸੀ। ਹੁਣ ਫਿਲਹਾਲ ਮੌਸਮ ਹਜੇ ਤੇ ਬੜਾ ਘੈਂਟ ਹੈ, ਪਰ ਇੱਥੇ ਇਹ ਵਾ ਇਹਨਾਂ ਨੇ ਟੀਸ਼ਰਟਾਂ ਪਾਈਆਂ, ਮੈਨੂੰ ਥੋੜੀ ਠੰਡ ਲੱਗਣ ਡੀ ਕਿਉਂਕਿ ਹਵਾ ਠੰਡੀ ਚੱਲਦੀ ਰਹਿੰਦੀ ਇੱਥੇ 24 ਘੰਟੇ। ਬਾਕੀ ਹੁਣ ਅੱਜ ਪਹਿਲਾ ਦਿਨ ਹੈ ਤੇ ਸਿਮ ਸੁਮ ਲੈ ਕੇ ਆਉਂਦੇ ਹਾਂ। ਪਵੀ ਜੀ, ਅੱਜ ਮਤਲਬ ਆਪਾਂ ਸਿਮ ਲੈਣ ਜਾਣਾ, ਹੋਰ ਕੀ ਕਰਨਾ ਹੈ? ਮੈਨੂੰ ਕੀ ਦੱਸਣਗੇ ਮੌਕੇ ਤੇ ਦਸਤੂਰ ਤੇ? ਪਤਾ ਕੀ ਹੈ, ਕੋਈ ਆਪਾਂ ਨੂੰ ਰਸ਼ ਨਹੀਂ ਹੈਗਾ, ਨਹੀਂ ਤੇ ਕਈ ਵਾਰੀ ਐਵੇਂ ਹੁੰਦਾ ਬੰਦਾ ਬੜਾ ਕੁਝ ਸੋਚਦਾ ਯਾਰ ਅੱਜ ਆ ਵੀ ਕਰਦੀ ਆ। ਨਾ ਨਾ, ਆਪਾਂ ਨੂੰ ਆਰਾਮ ਨਾਲ ਕੋਈ ਚੱਕਰ ਹੀ ਨਹੀਂਗਾ, ਅੱਜ ਆਪਾਂ ਸਿਮ ਲੈ ਕੇ ਆਵਾਂਗੇ, ਆਪਾਂ ਚਿੱਲ ਕਰਾਂਗੇ ਥੋੜਾ ਬਹੁਤ, ਜਿਵੇਂ ਜਿਵੇਂ ਯਾਦ ਆਈ ਗਿਆ ਉਵੇਂ ਉਵੇਂ ਯਾਦ ਆਈ ਜਾਊਗਾ। ਚਲੋ ਹੁਣ ਆਪਾਂ ਕਾਫੀ ਪੀ ਕੇ ਤੇ ਇੱਥੋਂ ਨਿਕਲਦੇ ਆ, ਜਿਹੜੀ ਜਿਹੜੀ ਚੀਜ਼ ਦਾ ਧਿਆਨ ਆਉਂਦਾ ਜਾਊਗਾ ਔਲੀ ਔਲੀ ਲਈ ਜਾਵਾਂਗੇ, ਕਰੀ ਜਾਵਾਂਗੇ। ਚਲੋ ਚਲੋ ਚਲੋ, ਠੀਕ ਹੈ ਬਾਈ, ਮਿਲਾਂਗੇ। ਆਪਣੀ ਟੀਮ ਰੈਡੀ ਛੱਡੀ ਹੋ ਗਈ ਹੈ ਯਾਰ, ਇੱਥੇ ਹਵਾ ਦਾ ਬੜਾ ਚੱਕਰ ਹੈ। ਕਿੰਨੇ ਟਾਈਮ ਬਾਅਦ, ਕਿੰਨੇ ਟਾਈਮ ਬਾਅਦ ਕੀ? ਪਿੱਛੇ ਬੈਠੇ ਨੇ ਆਪਣੇ ਸ਼ੁਭ ਸ਼ੁਭ ਚਿੰਤਕ, ਬਹੁਤ ਸਾਫ ਮੌਸਮ ਆਪਣਾ ਤੇ ਪਹਿਲਾਂ ਆਈਏ। ਇੱਕ ਗੱਲ ਮਤਲਬ ਤੁਸੀਂ ਸ਼ਾਇਦ ਮੰਨੋ ਨਾ ਮੰਨੋ, ਲੇਕਿਨ ਆਹ ਮਿਊਜ਼ਿਕ ਸਿਸਟਮ ਇੰਨਾ ਵਧੀਆ ਇਸ ਗੱਡੀ ਦਾ ਕਿ ਮਤਲਬ ਇੰਡੀਆ 'ਚ ਆਪਾਂ ਅਜੇ ਤੱਕ ਕਿ ਗੱਡੀ 'ਚ ਇੰਨੀ ਘੈਂਟ ਆਵਾਜ਼, ਇੰਨੀ ਵਧੀਆ ਮਤਲਬ ਇੱਕ ਤੇ ਕਲੀਅਰ, ਇੱਕ ਸਾਊਂਡ ਇਕੱਲੀ ਇਕੱਲੀ ਚੀਜ਼ ਦਾ ਆਪਾਂ। ਯਾਰ ਪਹਿਲੇ ਮੈਂ ਲੈਣ ਜਾਊਂਗਾ, ਮੈਂ ਤਾਂ ਗੱਡੀ ਦਾ ਇੰਜਨ ਬਾਅਦ 'ਚ ਵੇਖੂੰਗਾ, ਪਹਿਲਾਂ ਉਹਦਾ ਮਿਊਜ਼ਿਕ ਸਿਸਟਮ ਹੀ ਵੇਖੂੰ। ਯਾਰ ਅੱਜ ਕੱਲ੍ਹ ਮੇਨ ਚੀਜ਼ ਹੀ ਆਪਣੇ ਸਾਰਾ ਦਿਨ ਆਪਣਾ ਗੱਡੀਆਂ 'ਚ ਨਿਕਲਦਾ ਹੈ, ਤੇ ਮੈਂ ਕਿਹਾ ਪਹਿਲੇ ਬਾਹਰੋਂ ਸਾਊਂਡ ਸਿਸਟਮ ਫਿੱਟ ਕਰਾਈਏ ਨਾ, ਤੂੰ ਭਾਵੇਂ $2000 ਵੀ ਲਾ ਦੇ ਤੈਨੂੰ ਉਹ ਸਵਾਦ ਹੀ ਨਹੀਂ ਆਉਣਾ ਜਿਹੜੀ ਕੰਪਨੀ ਫਿਟਡ ਚੀਜ਼ ਆਉਂਦੀ ਆ। ਤੇ ਜਦੋਂ ਮੈਂ ਵੇਖਿਆ ਬੋਸ ਦਾ ਇੰਟੀਰੀਅਰ, ਵੇਖ ਯਾਰ ਉਹ ਵੇਖ ਆਹ ਚੀਜ਼, ਆਹ ਇੱਧਰ ਇੱਧਰ 19 ਸਪੀਕਰ ਹੀ ਟੋਟਲ, 19 ਉਹ ਬੋਸ ਦੇ ਡਿੱਗੀ ਤੱਕ, ਉਹਦੇ ਬਾਅਦ ਚੋਂ ਬੋਸ ਦਾ ਸਬਵੂਫਰ ਐਂਪ ਨਾਲ ਪਿੱਛੇ ਪੂਰਾ, ਔਰ ਕੰਪਨੀ ਫਿਟਡ, ਉਹਦੇ ਵਰਗੀ ਰੀਸ ਨਹੀਂ ਹੈਗੀ। ਸੋ ਆਪਾਂ ਕਿੱਥੇ ਆ ਗਏ ਆਂ ਬਾਬੇ ਜੀ? ਸਾਡੀ ਜਨਤਾ ਜਿਹੜੀ ਹੈ ਨਾ, ਇਹਨਾਂ ਨੂੰ ਸਾਰੀਆਂ ਗੱਲਾਂ ਦਾ ਬੜਾ ਧਿਆਨ ਹੈ, ਜਦੋਂ ਘਰੋਂ ਤੁਰੇ ਹਾਂ ਇੱਦਾਂ ਕਰ ਲਓ ਉੱਦਾਂ ਕਰ ਲਓ, ਲੇਕਿਨ ਸਿਮ ਲੈਣ ਤੁਰੇ ਹਾਂ ਇੱਕ ਬੰਦੇ ਨੇ ਮੈਨੂੰ ਯਾਦ ਨਹੀਂ ਕਰਾਇਆ, ਪਵੀ ਨੇ ਰਾਜ ਮੈਨੂੰ ਆਖਿਆ ਕਿ ਹਰਪਾਲ ਪਾਸਪੋਰਟ ਲੈ ਕੇ ਆਉਂਦਾ,
ਪਾਸਪੋਰਟ ਤਾਂ ਨਹੀਂ ਯਾਦ ਦਵਾਇਆ ਯਾਰ ਕਾਰਡ ਯਾਰ ਆਪਾਂ ਕੁਛ ਗੱਲਾਂ ਯਾਰ ਨਹੀਂ ਦੱਸਣੀਆਂ ਵਲੋਗਾਂ ਚ ਯਾਰ ਨਹੀਂ ਦੱਸਣੀਆਂ ਕੁਛ ਗੱਲਾਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨੀ ਆ ਜਾਓ ਤੁਹਾਡੀ ਡਾਇਟ ਦਾ ਟਾਈਮ ਹੋ ਗਿਆ ਅੰਗੂਰਾਂ ਵਗੈਰਾ ਦਾ ਇੱਥੇ ਮਿਲਣੇ ਨਹੀਂ ਆ ਤੈਨੂੰ ਆ ਵੀ ਪਤਾ ਕਿਹੜੇ ਕਿਹੜੀ ਜਗ੍ਹਾ ਮਿਲਦੇ ਆ ਕਿਊਬੈਕ ਦੀ ਗੱਡੀ ਆ ਜੰਗ ਕਿਉਂ ਖਾਦੀਆਂ ਨੇ ਗੱਡੀਆਂ ਸਾਰੀਆਂ ਗੱਡੀਆਂ ਜਿੱਦਣ ਸਨੋ ਪਈ ਅਗਲੇ ਦਿਨ ਰਾਤ ਨੂੰ ਜਾ ਕੇ ਗੱਡੀ ਪਾਣੀ ਮਾਰ ਲੋ ਪ੍ਰਾਈਸ ਦਿੰਦੇ ਯੂਜ਼ਡ ਕੱਪੜੇ ਮਿਲਦੇ ਇੱਥੇ ਅੰਦਰ ਅੱਛਾ ਮਤਲਬ ਉਹ ਆ ਸਮਝ ਗਿਆ ਯੂਜ਼ਡ ਕੱਪੜੇ ਮਿਲ ਗਏ ਪ੍ਰਾਈਸ ਜਿਵੇਂ ਤੇ 1200-1300 ਦੇ ਲੈਣੇ ਇੱਥੇ 4-500 ਦੇ ਕੋਈ ਮਾਹੇ ਲੱਭਣਾ ਇੰਡੀਆ ਜਾ ਕੇ ਕਿੰਨਾ ਪੁੱਠਾ ਦਿੱਤਾ ਦੁੱਬਦਾ ਪਿਆ ਕਿ ਆ 18,000 ਦੇ ਇੰਡੀਆ ਜੀ ਹੁਣ ਬੱਬਰ ਆ ਬਾਹਰ ਪਤਾ ਕਿੰਨੇ ਦੇ ਆ 180-90 ਦੇ ਆ ਹੁਣ ਇੱਥੇ ਤੇ ਪ੍ਰਾਈਸ ਵੇਖ ਲੈ 390 ਦੁਗਣਾ ਡਬਲ ਪ੍ਰਾਈਸ ਲਾਉਂਦੇ ਆ ਕਿਉਂ ਇਹਨਾਂ ਕੋ ਪੀਸ ਬਹੁਤ ਜ਼ਿਆਦਾ ਮਤਲਬ ਕੁਆਂਟੀਟੀ ਬਹੁਤ ਜ਼ਿਆਦਾ ਆਰਟੀਕਲ ਮਿਲ ਜਾਣਗੇ ਨਾ ਤੂੰ ਆਪਣੇ ਯੂ ਤੂੰ ਆਪਣੇ ਯਾਰ ਜਿੰਨੀ ਮੈਂ ਨਾਈਕੀ ਦਾ ਆਰਟੀਕਲ ਇੱਥੇ ਵੇਚਣਾ ਹਾਂ ਤੂੰ ਨਾਈਕੀ ਦੇ ਕੱਪੜੇ ਸ਼ੋਰੂਮ ਚੱਲ ਜਾ ਤੇਰੇ ਕੋ ਨਹੀਂ ਮਿਲ ਸੁਪਰ ਦਾ ਬੈਗ ਵੇਖ ਸੁਪਰ ਦਾ ਨਾ ਸੁਪਰੀਮ ਦਾ ਜੋਰਡਨ ਵੀ ਆ ਏਅਰ ਫੋਰਸ ਵੀ ਆ ਸਾਰੇ 200-210-200 ਤਾਂ ਕਰਕੇ 400-300-400 ਫਿਰ ਤੂੰ ਲਿਮਿਟਡ ਪੀਸਾਂ ਤੇ ਪਹੁੰਚ ਗਿਆ ਜਿਵੇਂ ਜਿਹੜਾ ਦੋ ਹੀ ਬਣਾਏ ਨੇ ਜਾਂ ਮਤਲਬ ਥੋੜੇ ਬਣਾਏ ਨੇ ਮਤਲਬ ਤੂੰ ਆਪਣੀ ਕਲੋਜ਼ਟ ਚ ਇੱਕ ਹੀ ਰੱਖੇਗਾ ਹਾਂ ਮਤਲਬ ਇੱਕ ਵਧੀਆ ਪੀਸ ਹੋਊਗਾ ਥੋੜਾ ਪੀਸ ਹੀ ਉਹ 300-400 ਵਾਲਾ ਮਤਲਬ ਐਵਰੇਜ ਨਹੀਂ ਆ ਆਈ ਫੁੱਟ ਲੋਕਰ ਸਭਾਲੇ ਸਭ ਤੋਂ ਤਕੜਾ ਇੰਡੀਆ ਦੇ ਵਿੱਚ ਬਸ ਆ ਚੀਜ਼ ਮਿਸਿੰਗ ਹੀ ਇਹਦੇ ਫੁੱਟ ਲੋਕਰ ਮਤਲਬ ਮਤਲਬ ਆ ਸਿਰਫ ਨਾਈਕੀ ਦਾ ਇਹਨਾਂ ਪੀਸ ਬੜੇ ਤਕੜੇ ਮਿਕਸ ਅੱਛਾ ਔਰ ਸਾਰਾ ਕੁਝ ਜੈਨੂਇਨ ਔਰ ਮਤਲਬ ਬਹੁਤ ਵਧੀਆ ਹੀ ਆ ਵਨ ਸਪੋਟ ਹੋਈ ਜੱਗੀ ਸਿਟੀ ਸੈਂਟਰ ਆ ਅੱਛਾ ਆ ਹੋਈ ਐਡਮ ਆਪਣਾ ਦੇਖਾ ਚੀਜ਼ਾਂ ਜਿਹੜੀਆਂ ਤੂੰ ਮਤਲਬ ਆ ਤੇ ਮਿਲਦੇ ਹੀ ਨਹੀਂਗੇ ਮਾੜੀ ਨੀ ਹਨਾ ਪਰ ਇਹ ਵਾ ਇੰਡੀਆ ਚ ਹੁਣ ਮਿਲਦੀ ਨਹੀਂ ਨਾ ਨਹੀਂ ਪਰ ਤੈਨੂੰ ਇੰਡੀਆ ਚ ਪੈਸੇ ਦੇ ਕੇ ਵੀ ਆਰਟੀਕਲ ਨਹੀਂ ਮਿਲਦੇ ਨਹੀਂ ਮਿਲਦੇ ਆ ਜੋਰਡਨ ਦੀਆਂ ਹੁੱਡੀਆਂ ਹਨ ਉੱਥੇ ਬੜੀ ਬੜੀ ਮੁਸ਼ਕਲ ਆਵੇ ਆਵੇ ਗੱਡੀ ਕੈਂਟੀ ਆਈ ਹੁਣ ਕਾਲੇ ਨੇ ਪਾਈ ਹੋਣੀ ਤੇ ਬਾਡੇ ਵਰਗੇ ਵੇਖਣੇ ਕਿੱਥੋਂ ਪਾ ਕੇ ਕਿੱਥੋਂ ਭਰੀ ਦਿੰਦੇ ਨੇ ਕੱਪੜੇ ਆ ਤੇ ਉਹ ਵੀ ਪਈ ਆ ਤੇ ਟੂ ਕਮਨ ਆ ਵੀ ਵਧੀਆ ਵਾ ਪੂਰੀ ਵਾਈਟ ਵੀ ਵਧੀਆ ਆ ਵੀ ਵਧੀਆ ਆ ਵੀ ਵਧੀਆ ਆਪਣਾ ਆਪਣਾ ਮਜ਼ਾ ਆਏਗਾ ਮੈਨੂੰ ਇੱਕ ਬੂਟ ਪਸੰਦ ਆਇਆ ਨਿਊ ਬੈਲੈਂਸ ਦੇ ਨਹੀਂ ਨਿਊ ਬੈਲੈਂਸ ਦੇ ਨਹੀਂ ਤੁਹਾਨੂੰ ਰੈੱਡ ਕਲਰ ਦਾ ਆਉਣਾ ਆ ਤੇ ਨਹੀਂਗਾ ਕਿਤੇ ਲਾ ਲੋਣਾ ਮੈਨੂੰ ਯੈਲੋ ਕਲਰ ਦਾ ਆਇਆ ਉਹੀ ਉੱਤੇ ਪਿਆ ਹੈਗਾ ਐਵੇਂ ਦਾ ਨਹੀਂ ਯਾਰ ਆ ਤਾਂ ਨਹੀਂ ਕਿਤੇ ਨਹੀਂ 에ਅਰ ਫੋਰਸ ਯਾਰ ਉਹ ਯਾਰ ਆਈ ਹੋਣੀ ਇਹ ਚੌਂਕ ਨਾ ਯਾਰ ਕੋਈ ਵੀ ਚੀਜ਼ ਪਾ ਸਕਦਾ ਇਹ ਚੌਂਕ ਨਾ ਕਹਿ ਕੇ ਯਾਦ ਨਹੀਂ ਆ ਇਹ ਮੈਂ ਪਾ ਵੀ ਸਕਦਾ ਹੁਣ ਟਰਾਈ ਆ ਕਿਤੇ ਘੈਂਟ ਬੂਟ ਲੱਗਣ ਦੇ ਯਾਵਲੇ ਦੇ
ਰੈਪਟਰਸ ਦੀ ਹਾਂ ਟੋਰਾਂਟੋ ਰੈਪਟਰਸ ਦੀ ਹਾਂ ਤੇ ਆ ਵੀ ਜਰਾ ਲੀਕਰਸ ਦੀ ਆ ਤੇ ਚੱਲ ਮਿਲ ਜਾਂਦੀਆਂ ਫੁੱਟ ਲੋਕਰ ਤੇ ਐਵੇਂ ਦੀਆਂ ਆਰਟੀਕਲ ਬੜੇ ਜ਼ਿਆਦਾ ਤੈਨੂੰ ਮਿਲਣਗੇ ਮਹਿੰਗਾ ਵਾ ਫੁੱਟ ਲੋਕਰ ਪਰ ਆ ਚੀਜ਼ਾਂ ਤੈਨੂੰ ਪੈਸੇ ਦੇ ਕੇ ਵੀ ਨਹੀਂ ਮਿਲਣੀਆਂ ਕਿਤੇ ਜਿਵੇਂ ਔਰ ਫੁੱਟ ਲੋਕਰ ਹਰ ਜਗ੍ਹਾ ਤੇ ਹੀ ਵੱਡੇ ਮਾਲ 'ਚ ਚੱਲ ਜਾਏਗਾ ਇੱਕ ਕੋਨੇ ਦੇ ਮਾਲ ਦੇ ਫੁੱਟ ਲੋਕਰ ਕਿਡਸ ਹੁੰਦਾ ਹੀ ਹੁੰਦਾ ਹੀ ਕੋਨੇ ਦੇ ਫੁੱਟ ਲੋਕਰ ਦੂਸਰਾ ਹੁੰਦਾ ਹੀ ਹੁੰਦਾ ਕੋਈ ਇਹੋ ਜਿਹਾ ਮਾਲ ਨਹੀਂ ਹੋਣਾ ਜਿੱਥੇ ਫੁੱਟ ਲੋਕਰ ਨਹੀਂ ਹੋਣਾ ਔਰ ਆਪਣੀ ਫੇਵਰੇਟ ਚੀਜ਼ ਐਡੀਡਾਸ ਓਰੀਜਨਲ $40 ਆ ਘੈਂਟ ਚੀਜ਼ਾਂ ਹੀ ਹਨਾ ਆਹ ਹੁੱਡੀ ਹੋ ਗਈ ਆਵੇ ਪੀਲੇ ਕਲਰ ਵਾਲੀ ਵੀ ਖੋਲ ਕੇ ਦਿਖਾ ਦਿਓ ਲਓ ਭਾਈ ਸਾਹਿਬ ਐਂ ਕਰਕੇ ਚੜ ਕੇ ਲਓ ਭਾਜੀ ਭਾਜੀ ਆਏ ਨਵਾਂ ਆਰਟੀਕਲ ਹੈ ਇੱਕਦਮ ਜੈਨੂਇਨ ਫਸਟ ਕਾਪੀ ਨਹੀਂ ਗੀ ਇੰਪੋਰਟ ਹੈ ਇੰਪੋਰਟ ਹੈ ਜਿਹੜਾ ਮਰਜ਼ੀ ਲੈ ਲਓ ਹਾਂ ਇੱਕਦਮ ਘੈਂਟ ਆ ਯਾਰ ਕੱਪੜੇ ਤਾਂ ਇੱਥੇ ਘੈਂਟ ਆ ਆਪਣੇ ਉੱਧਰ ਨਹੀਂ ਹੈਗੀ ਆ ਗੱਲਬਾਤ ਇੰਨੀ ਕੱਪੜੇ ਕਰਕੇ ਤੇ ਮਜ਼ਾ ਆ ਗਿਆ ਤਿੰਨ ਡੰਡੇ ਵਾਲਾ ਗੋਇਨ ਐਡੀਡਾਸ ਚਲ ਆ ਗੇੜਾ ਕੱਢਣੇ ਤੇ ਆ ਗੇੜਾ ਜਾ ਕੱਢਣ ਬਸ ਆਏ ਆ ਉਹ ਲੈਂਦੇ ਨਹੀਂ ਉਹ ਚੀਜ਼ ਬੱਲੀ ਕਲੀਅਰੈਂਸ ਦੇ ਗਈ ਮੈਂ ਕਲੀਅਰੈਂਸ ਕਿੰਨੇ ਕਿੰਨੇ ਦੀਆਂ ਹੋਣਗੀਆਂ ਸ਼ੁੱਡ ਬੀ ਫੱਕਿੰਗ $20 ਤੇ 1200 ਰੁਪਏ ਦੀ ਹਨਾ ਲੱਲਾ ਲੈਣੀ ਤੇ 1000 ਰੁਪਏ ਦੀ ਹਨਾ 20 ਬਕਸ ਤਕੜੀ ਲਾਂਗਾ ਮੈਂ ਹੁਣ ਮਾੜੀ ਚੀਜ਼ ਨਹੀਂ ਲੈਣੀ ਕੋਈ ਬਹੁਤ ਮਤਲਬ ਯਾਰ ਕਾਰਬਨ ਨਹੀਂ ਲੱਲਾ ਯਾਰ ਮੇਰੇ ਕੋਲ ਸੇਮ ਸ਼ੋਰਟ ਹੈਗਾ ਵਾ ਵਾਈ ਆਈ ਕਲਰ ਦਾ ਸ਼ੋਰਟਸ ਬਿਲਕੁਲ ਆਹੀ ਲੋਗੋ ਬਣਿਆ ਇੱਥੇ ਸਾਡਾ ਇੱਥੇ ਆ ਕੇ ਵੀ ਉਹੀ ਕੰਮ ਚਾਲੂ ਹੋ ਗਿਆ ਜੀ ਕੱਪੜੇ ਵੇਖ ਲਓ ਤੇ ਪਾ ਲਓ ਤੇ ਲੱਭ ਲਓ ਉਹੀ ਕੰਮ ਬੱਬਲ ਭਾਈ ਥੋੜਾ ਜਿਹਾ ਹੋਰ ਫਿੱਟ ਹੋਣਾ ਬਸ ਬਸ ਆ ਜਾਣੀ ਪਰ ਬੜੀ ਘੈਂਟ ਲੱਗਣ ਢੀ ਆ ਫਿੱਟ ਫਿੱਟ ਥੋੜਾ ਜਿਹਾ ਹੋਰ ਫਿੱਟ ਹੋਣਾ ਬਸ ਮੇਰੇ ਕੋਲ ਛੋਟਾ ਹੈ ਪਰ ਮੈਨੂੰ ਸਹੀ ਹੋਣੀ ਆ ਤੈਨੂੰ ਬਿਲਕੁਲ ਵਧੀਆ ਹੋਣੀ ਆ ਓਏ ਅੱਜ ਰੱਬਾਂ ਦਾ ਇਹਦੇ ਡਵਰ ਸੀ $35 ਦੀਆਂ ਆ 6 ਨੇ $35 ਦੀਆਂ 6 ਆ ਤੇ ਰੱਬਾਂ 35 ਨਹੀਂ ਗਏ ਇੱਥੇ ਅੱਛਾ ਹਾਂ ਤੈਨੂੰ ਦੱਸਦਾ ਯਾਰ ਅੱਜ ਕਿਉਂ ਨਹੀਂ ਪੈਣੀ ਇੱਥੇ ਯਾਰ ਮਤਲਬ ਕੰਮ ਵਾਲੀ ਆਰਡਰ ਕਹਾਂ ਬਸ ਆ ਇੱਕ ਸ਼ਕੀਨੀ ਵਾਲੀਆਂ ਜੱਪਲਾਂ ਨਾ ਪਾ ਦੇ ਹਣਾ ਨਹੀਂ ਮੈਂ ਨਹੀਂ ਮੈਂ ਬਸ ਠੀਕ ਬਸ ਠੀਕ ਬਸ ਠੀਕ ਹੈ ਯੂ ਵਿਲ ਸੀ ਯਰ ਪੁਆਇੰਟਸ ਥੇਅਰ ਐਂਡ ਯੂ ਕੈਨ ਲਾਈਕ ਸਵੈਪ ਡਿਸਕਾਊਂਟਸ ਯਾ ਡੈਫੀਨਿਟਲੀ ਆਊਟ ਤੇ ਇੱਥੇ ਵੀ ਸ਼ੁਰੂਆਤ ਹੋ ਗਈ ਉਹੀ ਕੰਮਾਂ ਦੀ ਜਿਹੜੇ ਕੰਮ ਇੰਡੀਆ 'ਚ ਕਰਦੇ ਰਹੇ ਹਾਂ ਅਤੇ ਐਡੀਡਾਸ ਤੇ ਤੁਹਾਨੂੰ ਪਤਾ ਹੀ ਆਪਣਾ ਫੇਵਰੇਟ ਰਿਹਾ ਸ਼ੁਰੂ ਤੋਂ ਖਾਸ ਕਰ ਓਰੀਜਨਲ ਹੁਣ ਇੱਥੇ ਵੀ ਈਜ਼ੀ ਐਕਸੈਸ ਹੋ ਜਾਣਾ ਮਤਲਬ ਉਹ ਹੀ ਰੇਟ ਹੈ ਇੰਡੀਆ ਵਾਲਾ ਹੀ ਰੇਟ ਹੈ ਕਿਤੇ ਨਾ ਕਿਤੇ ਯੈਸ ਮੈਨ ਵਾਓ ਯਾ ਕੈਨੇਡਾ ਕੈਨੇਡਾ ਮੈਂ ਜਾਣ YouTube ਕੰਮ ਦਿਹਾੜੀਦਾਰ ਜਦੋਂ ਮਿਲਣਾ ਹੈਗਾ ਨਾ ਆ ਜਿਹੜੀ ਜੈਕਟ ਜਿਹਦੇ ਲਈ ਲੈ ਕੇ ਆਉਣੀ ਆ ਗਿਫਟ ਕਰਕੇ ਜਾਣੀ ਹੈ ਇਹਨੂੰ ਤਾਂ ਕਿ ਆਪਣਾ ਮਾਈਂਡਸੈਟ ਪ੍ਰਪੇਅਰ ਕਰ ਸਕਦਾ ਹੁਣ ਇੱਥੇ ਰੋਜਰ ਸਾਹਿਬ ਵੇਨੇ ਆ ਬਿਨਾ ਪਾਸਪੋਰਟ ਤੋਂ ਦੇ ਅਗਰ ਸਿਮ ਦੇ ਦੇਣ ਤੇ ਇਜ਼ ਇਟ ਪੋਸੀਬਲ ਦੈਟ ਇਫ ਆਈ ਐਡ ਅ ਲਾਈਨ ਔਨ ਮਾਈ ਐਗਜ਼ਿਸਟਿੰਗ ਕਨੈਕਸ਼ਨ ਦੈਟ ਕੁਡ ਬੀ ਔਨ ਹਿਸ ਆਈਡੀ ਔਰ ਇਟ ਹੈਸ ਟੂ ਬੀ ਔਨ ਮਾਈ ਆਈਡੀ ਯੂ ਆਰ ਦ ਕ੍ਰੈਡਿਟ ਹੋਲਡਰ ਆਫ ਦਿਸ ਅਕਾਊਂਟ ਸੋ ਥੈਰਫੋਰ ਇਟਸ ਓਨਲੀ ਵਨ ਪਰਸਨ ਦੈਟ ਕੈਨ ਆਥੋਰਾਈਜ਼ ਦ ਫੋਨ ਵਿਚ ਇਜ਼ ਯੂ ਯੂ ਆਰ ਦ ਅਕਾਊਂਟ ਮਤਲਬ ਬਿਨਾ ਪਾਸਪੋਰਟ ਤੋਂ ਅੱਜ ਆਪਾਂ ਨੂੰ ਸਿਮ ਮਿਲ ਗਈ ਹੈ ਮਹੀਨੇ ਦੀ ਮਤਲਬ ਉਹ ਕਹਿੰਦੇ ਇਸ ਤੋਂ ਮਤਲਬ ਸਸਤੀ ਸਿਮ ਕਿਸੇ ਨੂੰ ਨਹੀਂ ਮਿਲ ਸਕਦੀ ਮਤਲਬ ਸਟੂਡੈਂਟ ਤੋਂ ਮਿਲੀ ਦੀ ਉਹ ਵੀ ਡਿਸਕਾਊਂਟ ਵਗੈਰਾ ਲਾ ਕੇ 100 GB ਇੰਟਰਨੈਟ ਮਹੀਨੇ ਦਾ ਇੰਡੀਆ ਟੂ ਉਹ ਕੈਨੇਡਾ ਟੂ ਇੰਡੀਆ ਮਿੰਟ ਉਹ ਫ੍ਰੀ ਦਿੱਤੇ ਨੇ ਉਹਦਾ ਕੋਈ ਚਾਰਜਸ ਨਹੀਂ ਹਾਂ ਦਿਸ ਇਜ਼ ਵਰਲਡ ਫ੍ਰੀਡਮ ਐਂਡ ਫਾਈਟਰ ਡੂ ਹਾਂ ਬਟ ਰੋਜਰਸ ਡੂਇੰਗ ਫਾਰ ਫ੍ਰੀ ਹਾਂ ਵਧੀਆ ਹੋ ਗਿਆ ਕੰਮ ਬਸ ਹੁਣ ਆਪਾਂ ਸਿਮ ਪਾ ਲਈਏ
ਤੇ ਥੋੜਾ ਆਪਣਾ ਕਾਰੋਬਾਰ ਚੱਲੇ ਯਾਰ, ਨੈਟ ਹੋਟਸਪੋਟ ਮੰਗੀਦਾ, ਥੋੜੀ ਦੇਰ ਚ ਬੰਦ ਹੋ ਜਾਂਦਾ। ਕੋਈ ਨੀ, ਹੁਣ ਤੈਨੂੰ ਸੋਚ ਵੀ ਮਿਲ ਜਾਣਾ ਤੂੰ ਸਾਰਿਆਂ ਨੂੰ ਵੰਡਿੰਗ ਹੋਟਸਪੋਟ। ਸਭ ਤੋਂ ਤਕੜੀ ਚੀਜ਼ ਪਤਾ ਕੀ ਆ, ਜਦੋਂ ਮੈਂ ਆਇਆ ਨਾ ਮੈਨੂੰ ਇਹ ਚੀਜ਼ਾਂ ਕਿਸੇ ਨੇ ਦੱਸਿਆ ਨੀ, ਮੇਰਾ ਫਸਟ ਨੈਟ ਮੁੱਕ ਗਿਆ ਸੀ ਤੇ ਮੈਂ ਭਾਜੀ ਹੋਣਾਂ ਦੇ ਕਈ ਜਣੇ ਦੇ ਹੱਥ ਘਰ ਜੋੜ ਜੋੜ ਕੇ ਘਰ ਦਾ ਰਾਹ ਲੱਭਿਆ ਸੀ। ਫਿਰ ਉਹ ਇੱਕ ਜੀ ਬੀ ਦਾ ਐਕਸਟਰਾ ਪਾਉਣ ਲਈ ਨਾ ਮੈਨੂੰ $15 ਦਾ ਇੱਕ ਉਹੀ ਤੂੰ ਹੀ ਮੈਨੂੰ ਦੱਸ ਦਿੰਦਾ ਸੀ ਜੀ ਖਰੀਦਿਆ ਮੈਂ। ਹਾਂ ਚਲੋ ਪੇਪਰ ਆ, ਦੈਟ ਜਸ ਹੈਸ ਦ ਫੋਨ ਨੰਬਰ ਵਿਦ ਦੀ ਅਕਾਊਂਟ ਨੰਬਰ, ਸੋ ਵੀ ਆਰ ਆਲ ਡਨ, ਇਟਸ ਆਲ ਫਿਨਿਸ਼ਡ। ਇਨ ਅ ਪਾਉ ਇਨ ਅ ਪਾਉ, ਵੀ ਕੈਨ ਪੁਟ ਇਟ ਇਨ ਰਾਈਟ ਅਵੇ ਇਫ ਯੂ ਵਾਂਟ, ਕੈਨ ਯੂ ਹੈਲਪ ਅਸ? ਯਾ, ਥੈਂਕ ਯੂ ਸੋ ਮਚ ਸਰ। ਪੁਰਾਣੀ ਸਿਮ ਆਪਾਂ ਰੱਖ ਲਈਏ, ਦੈਟਸ ਅ ਵੈਰੀ ਓਲਡ 10 ਇਅਰਸ ਓਲਡ ਫੋਨ ਨੰਬਰ ਪ੍ਰੋਬਬਲੀ, ਸੋ ਐਂਡ ਇਟ ਹੈਸ ਇਟਸ ਕਨੈਕਟਡ ਐਵਰੀਵੇਅਰ, ਡੈਫਿਨਿਟਲੀ ਗੋਇੰਗ ਟੂ ਸੈਟ, ਡੈਫਿਨਿਟਲੀ ਗੋਇੰਗ ਟੂ ਹਾਉ ਵੇਰੀ ਆਲ ਸੀ ਯੂ ਸੰਡੇ। ਨਹੀਂ ਟੜਿਆ ਨਿੱਕੇ, ਨਹੀਂ ਟੜਿਆ, ਲੈ ਲਈ ਰੋਜਰ ਦੀ ਸਿਮ ਯਾਰ। ਆਪਾਂ ਉੱਥੇ ਪੈਸੇ ਕਿਉਂ ਨਹੀਂ ਦਿੱਤਾ ਇੱਕ ਵੀ, ਉਹਨੇ ਸਾਡੇ ਕੋਲ ਪੈਸੇ ਨਹੀਂ ਲਿਆ, ਸਿਮ ਦੇ ਦਿੱਤੀ। ਜਿੱਥੇ ਮਰਜ਼ੀ ਚੱਲਦਾ ਯਾਰ, ਤੂੰ ਨਿਆ ਦੁਕਾਨ ਦੇ ਵਿੱਚ ਵੜ। ਹਾਂ, ਇੱਥੋਂ ਤੂੰ ਲੈ ਲਾ 15 ਪ੍ਰੋ ਮੈਕਸ, ਹਾਂ 2-400 ਟੀਬੀ ਜਿਹੜਾ ਵੀ ਹੋ ਗਿਆ ਇਹਨਾਂ ਕੋਲ ਮੋਡਲ। ਹਾਂ, ਤੈਨੂੰ ਯਾਰ ਕੋਈ ਪੈਸਾ ਨਹੀਂ ਮੰਗਣਾ ਉਹਨਾਂ ਨੇ, ਬਸ ਕਾਰਡ ਵਿੱਚ ਸਵੈ ਮਾਰ ਕੇ ਆਹ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਲਿੰਕ ਹੁੰਦੀਆਂ ਨੇ, ਉਹਨੇ ਕਹਿਣਾ ਆ ਲਓ ਡੱਬਾ ਜਾਓ ਘਰੇ। ਅੱਛਾ, ਘੈਂਟ ਕੰਮ ਹੋ ਗਿਆ, ਸਿਮ ਹੋ ਗਿਆ, ਹੁਣ ਮੈਂ ਚਲਾ ਕੇ ਕਰਨਾ। ਇੱਕ ਦਿਨ ਮੇਰਾ ਫੋਨ ਟੁੱਟ ਗਿਆ, ਇੰਨਾ ਜ਼ਿਆਦਾ ਟੁੱਟ ਗਿਆ, ਮੈਂ ਚੇਂਜ ਕਰਨ ਗਿਆ, ਉਹਨੂੰ ਮੇਰੇ ਤੇ ਤਰਸ ਆਵੇ, ਕਹਿੰਦੀ ਕਿ ਤੇਰੇ ਕੋਲ ਸਾਰਾ ਕੁਝ ਹੈਗਾ ਐਪਲ ਕੇਅਰ, ਮੇਰਾ ਟਾਈਮ ਨਹੀਂ ਲੱਗਾ ਜਾਣ ਦਾ। ਕਹਿੰਦੀ ਯਾਰ ਤੂੰ ਪਹਿਲਾਂ ਕਿਉਂ ਨਹੀਂ ਆਇਆ, ਕਹਿੰਦੀ ਤੂੰ ਇੰਨਾ ਟੁੱਟਣ ਦਾ ਵੇਟ ਕਰਨਾ। ਮੈਂ ਕਿਹਾ ਨਹੀਂ ਯਾਰ, ਕਹਿੰਦੀ ਨੈਕਸਟ ਟਾਈਮ ਇਫ ਐਨੀਥਿੰਗ ਹੈਪਨਸ ਜਸਟ ਵਿਜ਼ਿਟ ਆਰ ਵੈਬਸਾਈਟ ਐਂਡ ਆਰਡਰ ਯੋਰ ਫੋਨ, ਇਟ ਵਿਲ ਕਮ ਟੂ ਯੋਰ ਹੋਮ ਐਂਡ ਦੈਨ ਯੂ ਕੈਨ ਸੈਂਡ ਯੋਰ ਆਰਡਰ ਫੋਨ ਟੂ ਬੈਕ ਟੂ ਅਸ। ਆ ਬੜੀ ਤਕੜੀ ਚੀਜ਼ ਹੈ, ਕਰਿਓ। ਕਹਿੰਦੀ ਯਾਰ ਘਰੋਂ ਵੀ ਨਾ ਆਓ ਤੁਸੀਂ ਯਾਰ, ਬਿਲਕੁਲ ਪਰੇਸ਼ਾਨ ਨਾ ਹੋਵੋ। ਇੰਡੀਆ 'ਚ ਆਈਫੋਨ ਲੈ ਕੇ ਵੀ ਆ ਜਿਹੜੀਆਂ ਚੀਜ਼ਾਂ ਨੇ ਬੰਦਾ ਕਰ ਹੀ ਨਹੀਂ ਪਾਉਂਦਾ। ਸ਼ੋਰਟਸ ਨੇ, ਮੈਂਗੋ ਸ਼ੋਰਟਸ ਕਿਹਦੇ ਕਿਹਦਾ ਕੀ ਕੀ ਹੈ? ਮੈਂਗੋ ਪਾਈਨਐਪਲ ਆ ਕੋ ਕੀ ਕੀ। ਅਗਰ ਮੇਰਾ ਫੋਨ ਨੰਬਰ ਨਹੀਂ ਲਗਾ ਨਾ ਪਾਰਲੇ ਕੇ ਫੋਨ ਪੇ ਕਰ ਲਿਓ, ਉਸਕਾ ਨੰਬਰ ਪਤਾ ਕਿਆ ਹੈ? ਸਿਰਫ ਜਹਾਂ ਪੇ ਮੇਰੇ ਨੰਬਰ ਮੇ 0 ਹੈ ਨਾ, ਵਹਾਂ ਉਸਕੇ 2 ਹੈ ਬਸ। ਸਾਰਾ ਨੰਬਰ ਦੇਵੇਂ ਸਾਡਾ, ਸਾਰਾ ਸੇਮ ਨੰਬਰ ਮਿਲ ਗਿਆ ਯਾਰ, ਸਾਰਾ ਸੇਮ ਨੰਬਰ। ਬਸ ਬੱਬਲ ਦੇ ਇੱਕ ਜਗ੍ਹਾ ਦੇ ਵਿੱਚ 0 ਹੁੰਦਾ, ਉੱਥੇ ਮੇਰਾ 2 ਹੁੰਦਾ, ਬਸ ਦੈਟਸ ਇਟ, 0 ਹੈ ਮੇਰੇ ਫੋਨ 'ਚ, ਬਸ ਉਹਦਾ 2 ਆ, ਉਹਦਾ 2 ਆ। ਆਪਾਂ ਫਿਲਹਾਲ ਉਹ ਕੰਮ ਕਰਨ ਡਿਆ ਜਿਹੜਾ ਬੰਦਾ ਪਹਿਲੇ ਦਿਨ ਹੀ ਕੈਨੇਡਾ 'ਚ ਆ ਕੇ ਨਾ ਬੰਦਾ ਸੋਚਦਾ ਕੀ ਕਰਾਂ, ਅਤੇ ਅਸੀਂ ਅਜੇ ਮੇਨ ਉਹ ਕੰਮ ਕਰਨ ਡਿਆ, ਸਿਮ ਲੈ ਲਈ। ਹੁਣ ਨਾ ਇੱਥੇ ਅਡੈਪਟਰ ਦਾ ਇੱਕ ਬੜਾ ਚੱਕਰ ਹੈ, ਮਤਲਬ ਮੇਰਾ ਇੰਡੀਆ ਵਾਲੇ ਉਹ ਰਾਊਂਡ ਰਾਊਂਡ ਵਾਲਾ ਵਾ, ਉਹਦਾ ਸਵਿੱਚ, ਇੱਥੇ ਸਾਰੇ ਪਤਲੇ ਪਤਲੇ ਨੇ, ਅਤੇ ਹੁਣ ਪਹਿਲਾਂ ਅਡੈਪਟਰ ਲੈ ਕੇ ਆਈਏ, ਉਹਨੂੰ ਪਿਆ ਰਹਿਣ ਦਾਂਗੇ, ਕੰਮ ਹੀ ਆਊਗਾ ਇੰਡੀਆ 'ਤੇ, ਉਹੀ ਚੱਲਣੇ ਆ ਜਾ ਕੇ। ਸੋ ਇੱਥੇ ਓਸ਼ਵਾ 'ਚ ਨਾ ANW ਕਰਕੇ ਆ ਇੱਥੇ, ਅਤੇ ਪਵੀ ਜੀ ਐਂਡ ਨਹੀਂ ਗਾ, ਮੈਂ ਤੁਹਾਡੇ ਤਿੰਨਾਂ ਲਈ ਕਰਾਉਂਦਾ ਵਾਂ। ਹਾਂ, ਤੇਰਾ ਇਹਦਾ ਅਤੇ ਉਹਦਾ, ਅਤੇ ਜਿੰਮ ਕਰਕੇ ਨਹੀਂ ਖੜ੍ਹੇ? ਐਕਸਟਰਾ ਸੌਸ ਆ ਵਿੱਚ ਹੀ ਪਾ ਦੇਣ ਫਿਲ ਕਰਕੇ, ਮਤਲਬ ਬਹੁਤ ਜ਼ਿਆਦਾ ਟੇਸਟੀ ਲੱਗਦਾ, ਉਹ ਤੇ ਮਜ਼ਾ ਆ ਜਾਊਗਾ। ਪੈਰੀ ਪੈਰੀ ਹੀ ਪੈਰੀ ਪੈਰੀ ਬੱਬਲਾ, ਯਾਦ ਹੀ ਆਪਣੀ ਪੈਰੀ ਪੈਰੀ ਫਰਾਈਸ ਨਹੀਂ ਗੀਆਂ? ਪਿਆਰੀ ਪਿਆਰੀ ਫਰਾਈਸ, ਪਿਆਰੀ ਪਿਆਰੀ ਫਰਾਈਸ। ਕਿਹੜੀ ਚਾਏ ਚਾਏ ਲਾਤੇ ਕੀ? ਚਾਏ ਟੀ ਲਾਟੇ, ਸਿਮੋ ਸਟਾਰਬਕਸ ਤੋਂ ਲੈ ਗਿਆ, ਕਹਿੰਦਾ ਪੀ ਕੇ ਵੇਖੋ ਪੂਰੀ ਚਾਏ। ਐਵੇਂ ਕਰਕੇ ਪਾਲੀ ਫੋਟੋ ਖਿਚਾਉਂਦੇ ਆ, ਕਹਿੰਦਾ ਤੇਰੀ ਕੋਣ ਚਾਏ ਹੈ? ਕਰ ਗੱਲ ਕੀ ਇਹ ਦੇ, ਉਹ ਬਾਹਰ ਨਗਰ ਕੀਰਤਨ ਵਾਲੀ ਚਾਏ ਇੱਕਦਮ, ਹੈਨਾ? ਬਸ ਉਹਨਾਂ ਨੂੰ ਆ ਬੋਲਣਾ, ਕਹਿੰਦਾ ਗੈਟ ਐਕਸਟਰਾ ਪੰਪ ਆਫ ਚਾਏ ਟੀ, ਮਤਲਬ ਰੈਗੂਲਰ ਪਾਉਂਦੇ 2 ਪੰਪ, ਆਪਾਂ 4 ਪੰਪ ਲੈਣੇ, ਚਾਏ ਟੀ ਦੇ ਸਟਰੋਂਗ ਬਣ ਜਾਣੇ। ਅੱਛਾ, ਆ ਵੀ ਵਿੱਚ ਵੇਸਟੇ ਟਰਾਈ ਕਰ ਪੂਰੀ ਚਾਹ ਯਾਰ, ਪੂਰੀ ਆ ਗਰਮ ਹੋਣੀ ਹੈ ਪਰ ਧਿਆਨ ਨਾ ਕਰੀ। ਹਾਂ ਓਏ, ਆ ਬਿਲਕੁਲ ਮਰੀ ਜੀ ਚਾਲ ਪੀ, ਬਹੁਤ ਜ਼ਿਆਦਾ ਗਰਮ ਹੋਣੀ ਹੈ। ਆ ਤੇ ਬਕਾਰ ਹੈ, ਇਹ ਕੋਈ ਕੰਮ ਹੋਇਆ ਭਲਾ ਤੁਹਾਡਾ ਪੀਣ ਵਾਲਾ? ਇਹ ਤੇ ਕੋੜਾ ਹੈ ਕੰਮ ਜ਼ਹਿਰ, ਇਹ ਮੈਟਾਬੋਲਿਜ਼ਮ ਨਾ ਬਸ। ਚਲੋ ਚਲੀਏ, ਚਲੋ ਲੈਟਸ ਗੋ। ਅਰੇ ਯਾਰ ਆ ਬੜਾ ਚੱਕਰ ਹੀ ਹੈ।
ਮੈਂ ਇੱਧਰ ਆ ਕੇ ਖਲੋ ਜਾਂਦਾ ਵਾਂ ਜਾਣ ਵੱਲੋਂ, ਇੱਧਰੋਂ ਵੀ ਜਾਣਾ ਵਾਂ। ਸਾਈਡਾਂ ਜਿਹੜੀਆਂ ਪੁੱਠੀਆਂ ਨੇ ਨਾ, ਇਹਦਾ ਨੁਕਸਾਨ ਬਹੁਤ ਆ ਇੱਥੇ। ਜਿਹੜਾ ਭਲੇ ਤੂੰ ਕੈਨੇਡਾ ਵੇਖਣਾ ਨਾ ਆਪਣੀ ਅੱਖਾਂ ਨਾਲ ਵੇਖ, ਮਤਲਬ ਆਪਣੇ ਇੰਡੀਆ ਵਾਂਗੂ ਜਿੱਧਰ ਨੂੰ ਜਿਹਦਾ ਧੱਕਾ ਚੱਲਦਾ ਚਲਾਈ ਜਾਣ ਡਿਆ। ਹੁਣ ਆਪਾਂ ਪਹੁੰਚ ਗਏ ਜੀ ਲੇਕ ਵਿਊ ਪਾਰਕ, ਹੈ ਸਹੀ ਕਿਹਾ ਜੀ? ਚਲੋ ਜੀ,